बच्चा भी कौन बैठा कौन नहीं बैठा उवें। पर इत्थे अपना देश उहो जिहा जो किसी बच्चे का जां किसी गवांढी गवांढी दे पुत दा तन थोड़ा जिहा नंगा हुंदा होवे ना, देखो जी सच्चाई मैं गल कहण वाला बंदा, मैं रब दीआं दित्तीआं खाण वाला, उहदा जिहड़ा कहिंदा कोई तन ढक डोल टक कहिंदा यार फलाना लै आ वेख ला आपां तां कोट पाई दे आ ऐं करीदा फलाना करीदा, इह देश आपणा उहनां ने सोच उहो जिही बनाती है। ਉਹ ਤਾਂ ਹੁਣ ਕਮਰਾ ਜਾ ਕੇ ਮੰਗੂਗਾ। ਪਰ ਮੈਂ ਕਹਿੰਦਾ ਜਦੋਂ ਸਾਡੇ ਬੱਚੇ ਪੜ੍ਹੇ ਲਿਖੇ ਆ, ਚਾਹੇ ਕਿਸੇ ਜਾਤੀ ਦੇ ਵਿੱਚੋਂ ਆਉਂਦੇ ਆ, ਚਾਹੇ ਕਿਸੇ ਜਿਹੜੇ ਧਰਮ ਦੇ ਵਿੱਚੋਂ ਆਉਂਦੇ ਆ, ਉਹਨਾਂ ਨੂੰ ਤੁਸੀਂ 40,000 ਰੁਪਏ ਦੀ ਨੌਕਰੀ ਦਿਓ। ਜਦੋਂ ਉਹਨੂੰ 40,000 ਦੀ ਨੌਕਰੀ ਦਿੱਤੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਤੁਸੀਂ ਉਹਦਾ ਜਿਹੜਾ ਕਹਿ ਲਓ 4,000 ਰੁਪਇਆ ਮਹੀਨੇ ਦਾ ਬਿਜਲੀ ਬਿੱਲ ਕੱਢ ਦਿਓ ਜਿਹੜਾ ਆਪਣੇ ਜੇਬ ਦੇ ਵਿੱਚੋਂ ਭਰੇ ਹੋ। ਪਿੱਛੇ ਬੱਚਾ ਉਹਦੇ ਕੋਲ 36,000 ਰੁਪਇਆ, 36,000 ਦੇ ਵਿੱਚੋਂ 100 ਦਾ ਵੀ ਘਰੇ ਦੁੱਧ ਪੀਂਦਾ ਉਹ ਡੇਲੀ ਦਾ, ਅਤੇ ਉਹਦਾ ਕਿੰਨਾ ਬਣਿਆ ਜੀ 3,000 ਰੁਪਇਆ, 3,000 ਰੁਪਇਆ ਬਣਦਾ। ਪਿੱਛੇ ਬੱਚਾ ਜੀ ਉਹਦੇ ਕੋਲ 33,000 ਰੁਪਇਆ, 33,000 ਚੋਂ 3,000 ਉਹਦਾ ਹੋਰ ਕੱਢ ਦਿਓ, ਪਿੱਛੇ ਬਚਿਆ 30,000 ਰੁਪਇਆ। ਹੁਣ ਜਦੋਂ 30,000 ਰੁਪਇਆ ਬਚਿਆ ਤਾਂ ਯਾਰ ਉਹ 30,000 ਦੇ ਵਿੱਚੋਂ ਕੋਈ ਗੱਲ ਨਹੀਂ 10,000 ਰੁਪਇਆ ਹੋਰ ਘਰੇ ਖਰਚਾ, ਆਟਾ ਰਾਸ਼ਨ ਦਾਲ ਸਭ ਕੁਝ ਆ ਜਾਣਾ, ਪਿੱਛੇ ਬਚਿਆ ਜੀ 20,000 ਰੁਪਇਆ। ਅਤੇ ਜਦੋਂ 20,000 ਰੁਪਇਆ ਹੋਵੇ ਸੱਜਣ ਪਿਆਰੋ, ਬੈਂਕਾਂ ਦੇ ਵਿੱਚੋਂ ਲੋਨ ਮਿਲ ਜਾਂਦੇ ਆ, ਚਾਹੇ ਮਾਂ ਮੇਰੀ ਕੋਲ 1,00,000 ਰੁਪਏ ਦਾ ਲੈ ਲਓ ਜਾ ਕੇ, ਚਾਹੇ 10,00,000 ਦਾ ਲੈ ਲਓ, ਜਦੋਂ ਤੁਹਾਡੇ ਘਰ ਰੁਜ਼ਗਾਰ ਹੋਵੇ। ਨਹੀਂ ਮਾੜੇ ਬੰਦੇ ਨੂੰ ਤਾਂ ਬੈਂਕ ਦੀ ਉਹ ਥੜੀ ਜੀ ਤਿੰਨ ਚੜ੍ਹਦੇ ਹੋ ਤਲੇ ਥੱਲੇ ਹੋ, ਤੂੰ ਕਿੱਧਰ ਆ ਗਿਆ, ਅਤੇ ਉਹ ਜਦੋਂ ਉਹਨੂੰ 1,00,000 ਰੁਪਏ ਦੇ ਲੋਨ ਮਿਲ ਜਾਣਗੇ, ਉਹ 20,000 ਦੇ ਵਿੱਚੋਂ ਆਪਦੀ ਮਹੀਨੇ ਦੀ 10,000 ਰੁਪਇਆ ਕਿਸ਼ਤ ਵੀ ਭਰ ਸਕਦਾ। ਦੱਸੋ ਜੀ ਤੁਹਾਨੂੰ ਇਹ ਚਾਹੀਦਾ ਕਿ ਉਹ ਸੁਖਬੀਰ ਤਰ੍ਹਾਂ ਫ੍ਰੀ ਵਾਲੀਆਂ ਸਹੂਲਤਾਂ ਚਾਹੀਦੀਆਂ, ਮੈਨੂੰ ਇਹ ਦੱਸੋ। ਬਿਲਕੁਲ ਜੀ, ਬਹੁਤ ਤੁਹਾਡੀ ਬਹੁਤ ਕੁਛ ਨਹੀਂ ਆਇਆ ਯਾਰ। ਬਿਲਕੁਲ ਜੀ, ਉਹ ਵੀ ਕਹਿ ਦਿੰਦੇ ਆ। ਹੁਣ ਤੁਸੀਂ ਦੱਸੋ ਜੀ, ਤੁਸੀਂ ਫਿਰ ਵੀ ਇੰਨਾ ਮੈਂ ਤੁਹਾਨੂੰ ਦੱਸ ਦਿੱਤਾ ਵੀ ਤੁਹਾਨੂੰ ਉਹਨਾਂ ਸਰਕਾਰਾਂ ਦੀਆਂ ਫ੍ਰੀ ਸਹੂਲਤਾਂ ਚਾਹੀਦੀਆਂ ਜਾਂ ਤੁਹਾਨੂੰ ਰੁਜ਼ਗਾਰ ਚਾਹੀਦਾ? ਹੁਣ ਜੀ ਥੋੜਾ ਨਾਲ ਰਾਸਤਾ ਕਾਇਮ ਕਰਨ ਲੱਗੇ ਆ ਜੀ, ਵੀ ਜਿਵੇਂ ਵੀ ਹੁੰਦਾ ਹੌਲੀ ਹੌਲੀ ਥੋੜਾ ਸਾਥ ਦੇਵਾਂਗੇ, ਕੋਈ ਚੱਕਰ ਨਹੀਂ ਉੱਡੀ ਕਰਨੀ। ਬਹੁਤ ਧੰਨਵਾਦ ਜੀ ਹੋਇਆ ਜੀ। ਔਰ ਜਿਹੜੀ ਦੂਜੀ ਗੱਲ ਆਈ ਹੈ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਹੁਣ ਇੱਥੇ ਕਈ ਸੱਜਣ ਅਨਪੜ੍ਹ ਆ ਜਿਹੜੇ ਵਿਚਾਰੇ ਨਹੀਂ ਪੜ੍ਹੇ ਲਿਖੇ, ਉਹਨਾਂ ਦੇ ਮਨ 'ਚ ਹੀ ਹੋਊਗਾ ਯਾਰ ਅਸੀਂ ਕਿਵੇਂ ਨੌਕਰੀਆਂ ਲੱਗਾਂਗੇ। ਮੈਂ ਕਹਿੰਦਾ ਜਿਹੜੀ MLA ਐਮਪੀਆਂ ਨੂੰ ਗ੍ਰਾਂਟ ਆਉਂਦੀ ਆ, ਸਾਡੇ ਹਲਕੇ ਦੇ ਵਿੱਚ ਜਿੰਨੇ ਪਿੰਡ ਪੈਂਦੇ ਆ, ਇਹ 30-30 ਪਿੰਡਾਂ ਨੂੰ ਇੱਕ ਇੱਕ ਫੈਕਟਰੀ ਦੇ ਦੇਣ, ਚਾਹੇ ਉਹ ਕਿਸੇ ਦਾ ਪੁੱਤ ਹੋਵੇ, ਅਤੇ ਮੈਂ ਗਰੰਟੀ ਦੇ ਨਾਲ ਕਹਿੰਦਾ ਕਿ ਭਾਈ ਸਾਹਿਬ ਉਹ ਜਿਹਨੇ ਆਪਦਾ ਕੰਮ ਕਰਨਾ ਉਹ ਉੱਥੇ ਫੈਕਟਰੀਆਂ ਦੇ ਵਿੱਚ ਕਰ ਲੂਗਾ। ਅਤੇ ਜਿਹਨੂੰ ਭਾਈ ਇਹਨਾਂ ਇੱਕ ਸ਼ੌਂਕ ਵੀ ਹੁੰਦਾ ਜੀ, ਕਿਸੇ ਨੂੰ ਜ਼ਿਮੀਂਦਾਰੀ ਦਾ ਸ਼ੌਂਕ ਹੁੰਦਾ, ਕਿਸੇ ਨੂੰ ਕੁਛ ਸ਼ੌਂਕ ਹੁੰਦਾ, ਅਤੇ ਉਹ ਆਪਦਾ ਉੱਧਰ ਹੋ ਜੂਗਾ। ਜਦੋਂ ਗਰੀਬ ਦਾ ਦਿਹਾੜੀ ਵਧੂਗੀ, ਜਦੋਂ ਕਹਿ ਲਓ ਕਿਸਾਨ ਦੀ ਫਸਲ ਦਾ ਰੇਟ ਵੀ ਸਰਕਾਰ ਉਹਨੂੰ ਦੇਊਗੀ, ਤਾਂ ਉਦੋਂ ਗਰੀਬ ਦੀ ਦਿਹਾੜੀ ਵੀ ਵਧੂਗੀ, ਉਦੋਂ ਸਭ ਪੂਰੀਆਂ ਪੈਣਗੀਆਂ। ਪਰ ਇਹਨਾਂ ਨੇ ਕੱਖ ਨਹੀਂ ਕਰਨਾ, ਉਹ ਜਿਹੜਾ ਇਹਨਾਂ ਦੇ ਨਾਲ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੁੱਤੋਂ ਮੋਟਾ ਮਾਲ ਬਣ ਜਾਣਾ। ਹਾਂਜੀ, ਇੱਕ ਗੱਲ ਹੋਰ ਸੁਣੋ ਜੀ, ਮੰਨ ਲਓ ਵੋਟ ਤੁਸੀਂ ਵੀ ਸੁਖਬੀਰ ਨੂੰ ਪਾਈ ਆ, ਵੋਟ ਮੰਨ ਲਓ ਮੈਂ ਉਹ ਲੀਡਰ ਬਣਿਆ ਫਿਰਦਾ ਸੁਖਬੀਰ ਦਾ, ਵੋਟ ਮੈਂ ਵੀ ਸੁਖਬੀਰ ਨੂੰ ਪਾਈ ਆ, ਤੁਹਾਨੂੰ ਜਦੋਂ ਕੰਮ ਹੋਵੇ ਤੁਸੀਂ ਆ ਕੇ ਮੇਰੀਆਂ ਮਿੰਨਤਾਂ ਕਰੋ। ਬਾਈ ਯਾਰ ਵਿਸ਼ਵਦੀਪ ਥਾਣੇ ਜਾਣਾ ਯਾਰ, ਉਹ ਥਾਣੇ ਜਦੋਂ ਮੈਂ ਜਾਵਾਂ ਸੱਚੋ ਕਹੋ ਵਿਸ਼ਵਦੀਪ ਜੀ ਆਏ ਆ, ਬੱਲੇ 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 ਸਾਨੂੰ ਦੱਸ ਦੇਣਾ ਸੀ, ਫੋਨ ਕਰ ਦੇਣਾ ਸੀ। ਜਦੋਂ ਕੋਈ ਆਮ ਬੰਦਾ ਜਾਂਦਾ ਉਸੇ ਪਿੰਡ ਦਾ, ਉਹ ਤੂੰ ਕਿੱਧਰ ਆਇਆ, ਕੀ ਕੰਮ ਤੈਨੂੰ, ਸੰਤਰੀ ਨਿਮਾਨ ਹੁੰਦਾ। ਇਹ ਦੱਸੋ ਜੀ